ਪੰਜਾਬੀ ਕਲਚਰ ਨੂੰ ਸੀ ਅੱਗੇ ਲੈ ਕੇ ਆ ਚੁੱਕੀ ਹੈ ਜੋ ਕਿ ਅੱਜ ਕੱਲ ਲੋਕ ਹੁੰਦਾ ਜਾ ਰਿਹਾ ਹੈ। ਅਸੀਂ ਦਿਖਾਗੀ ਵੀ ਇਹ ਚੀਜ਼ ਅਲੋਪ ਹੋਣ ਵਾਲੀ ਨਹੀਂ ਹੈ, ਇਹਨੂੰ ਅੱਜ ਵੀ ਅਸੀਂ ਪੰਜਾਬ ਦੇ ਵਗੈਰਾ ਸਾਂਭ ਕੇ ਰੱਖ ਸਕਦੇ ਹਾਂ ਤੇ ਅੱਜ ਨੂੰ ਵੀ ਕਿਸੇ ਨੂੰ। ਹਾਂਜੀ, ਮੈਨੂੰ ਮੇਰੇ ਮਾਸੀ ਨੇ ਦੱਸਿਆ ਸੀ ਵੀ ਇੱਥੇ ਇੱਕ ਕੰਪੀਟੀਸ਼ਨ ਹੋ ਰਿਹਾ ਹੈ, ਬਟ ਮੇਰੀ ਮਨਵੀਰ ਮੈਮ ਨਾਲ ਗੱਲ ਹੋਈ ਸੀ ਤਾਂ ਮੈਂ ਇੱਥੇ ਆਈ ਹਾਂ ਕੰਪੀਟੀਸ਼ਨ ਕਰਨ ਆਪਣਾ ਟੈਲੈਂਟ ਪਰਫਾਰਮ। इंडियन फोक डांस अकैडमी मलोट वालों मिस ते मिसिज पंजाबन प्रतियोगिता 14 अगस्त 2021 नू दीपनगर सिल्वर स्पून बैंकुट हॉल लुधियाना विखे करवाई गई, जिस विच बच्चियां ते नौजवान मुटियारा ने भाग लिया ते अपने हुनर दे जौहर विखाए। इस प्रतियोगिता विच पंजाबी सभ्याचार, पंजाबी बोलियां ते पंजाबी लोक नाच वेखण नू मिलिया ते इस प्रतियोगिता दा फाइनल राउंड मलोट विखे करवाया जाएगा। सब तो पहला ਤੁਹਾਨੂੰ ਬਹੁਤ ਮੁਬਾਰਕਾਂ, ਤੁਸੀਂ ਬਹੁਤ ਅੱਛਾ ਪਰਫਾਰਮੈਂਸ ਕੀਤਾ। ਸਮਝ ਸਕਦੇ ਤੁਸੀਂ ਇਸ ਵਾਸਤੇ ਕਿੰਨੀ ਤਿਆਰੀ ਕੀਤੀ? ਮੇਰਾ ਪਰਫਾਰਮੈਂਸ ਦਾ ਪਤਾ ਲੱਗਿਆ ਕਿ ਆਪਣੀ ਪਰਫਾਰਮੈਂਸ ਹੋ ਰਹੀ ਹੈ, ਆਪਣਾ ਕਲਚਰ ਦਿਖਾਉਣ ਨੂੰ ਤੁਹਾਨੂੰ ਮੌਕਾ ਮਿਲ ਰਿਹਾ ਤੇ ਮੈਂ ਬਹੁਤ ਹੀ ਜ਼ਿਆਦਾ ਐਕਸਾਈਟਡ ਹੋ ਗਈ। ਅਤੇ ਮੈਂ ਸੀ ਮੈਂ ਵੱਧ ਤੋਂ ਵੱਧ ਪ੍ਰੈਕਟਿਸ ਕਰਕੇ ਜਾਵਾਂ ਅਤੇ ਆਪਣਾ ਪਰਫਾਰਮੈਂਸ ਦਿਖਾਵਾਂ ਤਾਂ ਕਿ ਆਪਣੇ ਪੰਜਾਬੀ ਕਲਚਰ ਨੂੰ ਅਸੀਂ ਅੱਗੇ ਲੈ ਕੇ ਆ ਸਕੀਏ ਜੋ ਕਿ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਹੈ। ਅਸੀਂ ਦਿਖਾਗੀ ਵੀ ਇਹ ਚੀਜ਼ ਅਲੋਪ ਹੋਣ ਵਾਲੀ ਨਹੀਂ ਹੈ, ਇਹਨੂੰ ਅੱਜ ਵੀ ਅਸੀਂ ਪੰਜਾਬ ਦੇ ਵਗੈਰਾ ਸਾਂਭ ਕੇ ਰੱਖ ਸਕਦੇ ਹਾਂ ਤੇ ਅੱਜ ਮੈਂ ਉਹ ਰਿਪ੍ਰੈਜ਼ੈਂਟ ਕਰ ਰਿਹਾ ਹਾਂਜੀ, ਮੈਨੂੰ ਮੇਰੇ ਮਾਸੀ ਨੇ ਦੱਸਿਆ ਸੀ ਵੀ ਇੱਥੇ ਇੱਕ ਕੰਪੀਟੀਸ਼ਨ ਹੋ ਰਿਹਾ ਹੈ, ਬਟ ਮੇਰੀ ਮਨਵੀਰ ਮੈਮ ਨਾਲ ਗੱਲ ਹੋਈ ਸੀ ਤਾਂ ਮੈਂ ਇੱਥੇ ਆਈ ਹਾਂ ਕੰਪੀਟੀਸ਼ਨ ਕਰਨ ਆਪਣਾ ਟੈਲੈਂਟ ਪਰਫਾਰਮ। ਓਕੇ, ਤੁਸੀਂ ਇਕੱਲੇ ਆਏ ਹੋ ਫਿਰ ਨਾਲ ਪੂਰੀ ਫੈਮਿਲੀ ਦੇ ਨਾਲ ਆਏ? ਮੈਂ ਆਪਣੇ ਮਤੋਂ ਪਹਿਲਾਂ ਆਈ ਹਾਂ। ਓਕੇ, ਨਾਲ ਹੋ ਕੋਣ ਆਏ ਨੇ ਤੁਹਾਨੂੰ? ਹਾਂਜੀ, ਨਾਲ ਮਾਸੀ ਆਏ ਨੇ ਤੇ ਮੇਰੇ ਕਜ਼ਨ ਆਏ। ਔਰ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਤੁਹਾਨੂੰ ਇੱਥੇ ਆ ਕੇ? ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੀ ਆਪਣੇ ਟੈਲੈਂਟ ਪਰਫਾਰਮ ਦੀ ਆਨੀ ਇੱਥੇ ਜਾਨੀ ਆ, ਬਿਕੋਜ਼ ਮੇਰਾ ਡਾਂਸ ਮੇਰਾ ਪੈਸ਼ਨ ਹੈ। ਸੋ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਆਪਣੇ ਡਾਂਸ ਪਰਫਾਰਮ ਕਰਨ ਦੇ ਵਿੱਚ। ਓਕੇ, ਇਸ ਸਟੇਜ ਤੋਂ ਇਲਾਵਾ ਕਦੀ ਤੁਸੀਂ ਕੈਮਰੇ ਵਗੈਰਾ ਉੱਪਰ ਵੀ ਕਦੀ ਪਰਫਾਰਮੈਂਸ ਦਿੱਤੀ ਹੈ, ਫਿਰ ਵੀ ਕੰਮ ਕੀਤਾ ਹੈ? ਹਾਂਜੀ, ਮੈਂ ਮੋਡਲਿੰਗ ਦਾ ਕੀਤਾ ਹੈ ਐਂਡ ਸ਼ੂਟਸ ਕੀਤੇ ਨੇ। ਰਿਐਲਿਟੀ ਸ਼ੋਅਸ ਵਾਲੇ ਮੇਰੇ ਹੋਣਗੇ, ਬਟ ਅਜੇ ਤਾਂ ਓਨਲੀ ਡਾਂਸ ਵਗੈਰਾ ਚੱਲ ਰਿਹਾ। ਓਕੇ, ਤੁਸੀਂ ਕਿਸ ਕਲਾਸ ਵਿੱਚ ਪੜ੍ਹਦੇ ਹੋ ਜਾਂ ਸਕੂਲ ਕਿਸੇ ਦੀ? ਆਮ ਇਨ 10th ਔਰ ਮੇਰੇ ਸਕੂਲ ਦਾ ਨਾਮ ਹੈ ਸਨਿਸ਼ਾ ਸਿੰਘ ਪਬਲਿਕ ਸਕੂਲ ਲਾਡਾ। ਇਹ ਮਿਸ ਪੰਜਾਬ ਮਿਸ ਐਂਡ ਮਿਸਿਸ ਪੰਜਾਬ ਜਿੱਦਾਂ ਕਿ ਫਾਈਨਲ ਰਾਊਂਡ ਅਸੀਂ ਮਨਾਉਣ ਦੇ ਤਾਂ ਸਾਰੇ ਪੰਜਾਬ 'ਚ ਅਸੀਂ ਓਡੀਸ਼ਨ ਲਗਾ ਰਹੇ ਹਾਂ। ਸਭ ਤੋਂ ਪਹਿਲਾਂ ਡਿਸ਼ਨ ਸਾਡਾ ਬੁਲਾਡਾ ਚੁੱਕ ਰਿਹਾ ਸੀਗਾ, ਜਿੱਥੇ 65 ਦੇ ਗਰੀਬ ਕੁੜੀਆਂ ਨੇ ਭਾਗ ਲਿਆ ਸੀ ਅਤੇ ਜਸਵੀਰ ਮੈਡਮ ਦਿੱਤੀ ਜੀ ਨੇ ਇਹਨਾਂ ਨੂੰ ਔਰਗਨਾਈਜ਼ ਕੀਤਾ ਸੀ। ਬਹੁਤ ਵਧੀਆ ਫੰਕਸ਼ਨ ਗਿਆ। ਅੱਜ ਸਾਡਾ ਲੁਧਿਆਣੇ ਦੇ ਸਿਲਵਰ ਸਕੂਲ ਦੇ ਵਿੱਚ ਮਨਵੀਰ ਮੈਡਮ ਔਰਗਨਾਈਜ਼ ਕਰ ਰਹੇ ਆ, ਜਿਸ ਦੇ ਵਿੱਚ 30-40 ਦੇ ਗਰੀਬ ਲੜਕੀਆਂ ਆ ਚੁੱਕੀਆਂ ਅਤੇ ਹੋਰ ਵੀ ਆਈ ਜਾ ਰਹੀ ਹੈ। ਅਤੇ ਸੋ ਅਸੀਂ ਇਸਦਾ ਜਿਹੜਾ ਫਾਈਨਲ ਰਾਊਂਡ ਆ ਉਹ ਮਨੂ ਜ਼ਿਲ੍ਹਾ ਮੁਕਤਸਰ ਦੇ ਵਿੱਚ ਕਰਾਵਾਂਗੇ, ਜਿਸ ਦਾ 1 ਲੱਖ ਰੁਪਏ ਗ੍ਰੈਂਡ ਪ੍ਰਾਈਜ਼ ਹੈ, ਸੋਨੇ ਦੀ ਸੰਧੀ ਹੈ, ਸਿਲਵਰ ਦੀ ਚੈਨ ਹੈ ਅਤੇ ਹੋਰ ਬਹੁਤ ਸਾਰੇ ਪ੍ਰਾਈਜ਼ ਹੈ ਜੋ ਇਹਨਾਂ ਕੁੜੀਆਂ ਨੂੰ ਦਿੱਤੇ ਜਾਣਗੇ। ਇਸ ਟੈਲੈਂਟ ਹੰਟ ਵਿੱਚ ਕਿਸ ਕਿਸ ਕੈਟਾਗਰੀ ਕਿਸ ਕਿਸ ਏਜ ਦੇ ਬੱਚੇ ਗਰਲਸ ਵਗੈਰਾ ਤੱਕ? ਇਹਦੇ 'ਚ ਸਾਡੇ ਕੋਲ 7 ਤੋਂ 12, 13 ਤੋਂ 22, 22 ਤੋਂ ਜਿਹੜੇ ਉੱਪਰ ਹੈ ਲੇਡੀਜ਼ ਵਗੈਰਾ ਵੀ ਪਾਰਟੀਸਪੇਟ ਕਰ ਰਹੇ ਆ, ਬਹੁਤ ਬੱਚਿਆਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਸੋ ਜਿਹੜੇ ਬੱਚੇ ਜਿੰਨੇ ਵੀ ਆ ਅਸੀਂ ਸਾਰਿਆਂ ਨੂੰ ਪਾਰਟੀਸਪੇਟ ਕਰਾ ਰਹੇ ਹਾਂ। ਪਹਿਲਾਂ ਹੁੰਦਾ ਸੀ ਅਸੀਂ 22 ਸਾਲ ਤੱਕ ਦੀ ਉਮਰ ਦੇ ਰੱਖਦੇ ਸੀ, ਫਿਰ ਸਾਡੇ ਕੋਲ ਕੋਲ ਡਾਊਨ ਲੱਗ ਗਈਆਂ ਵੀ ਜਿਹੜੀਆਂ 22 ਸਾਲ ਤੋਂ ਉੱਪਰ ਆ ਉਹਨਾਂ ਨੂੰ ਵੀ ਪਾਰਟੀਸਪੇਟ ਕਰਾਇਆ ਜਾਂਦਾ। ਜਿਹੜੀਆਂ ਵਿਆਹੀਆਂ ਜਾਂ ਕੁੜੀਆਂ ਉਹਨਾਂ ਦਾ ਵੀ ਮਨ ਕਰਦਾ ਵੀ ਉਹ ਵੀ ਆਪਣੇ ਜਿਵੇਂ ਕਿ ਤੁਸੀਂ ਦੱਸਿਆ 2-3 ਸ਼ਹਿਰਾਂ ਵਿੱਚ ਆਡੀਸ਼ਨ ਹੋ ਚੁੱਕੇ ਨੇ, ਹਾਂਜੀ, ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਆਡੀਸ਼ਨ ਹੋ? ਹਾਂਜੀ, ਹੁਣ ਸਾਡੇ ਕੋਲ ਅੱਗੇ ਸੰਗਰੂਰ ਹੈ, ਅੰਮ੍ਰਿਤਸਰ ਹੈ, ਠੀਕ ਹੈ ਜੀ, ਮੁਕਤਸਰ ਹੈ, ਬਠਿੰਡਾ ਆ, ਬਹੁਤ ਸਾਰੇ ਸ਼ਹਿਰ ਹੈ, ਕੱਲ੍ਹ ਸਾਡਾ ਗਿੱਦੜ ਵੀ ਹੈ। ਇਸ ਤਰ੍ਹਾਂ ਅਸੀਂ ਇਹਨਾਂ ਦੀ ਸੀਜ਼ਨ ਬਣਾਈ ਹੋਈ ਉੱਥੇ ਔਰਗਨਾਈਜ਼ ਹੋਏ ਹੋਏ ਆ ਸਾਰੇ, ਅਤੇ ਹਰੇਕ ਸ਼ਹਿਰ ਦੇ ਵਿੱਚ ਤਾਂ ਅਸੀਂ ਨਹੀਂ ਜਾ ਸਕਦੇ, ਪਰ ਜਿਹੜੇ ਨਾਲ ਨਾਲ ਲੱਗਦੇ ਜਿਵੇਂ ਸੰਗਰੂਰ ਦੇ ਨਾਲ ਪਟਿਆਲਾ ਲੱਗਦਾ ਉਹ ਸੰਗਰੂਰ ਦੇ ਵਿੱਚ ਹੈ, ਗਿੱਦੜਵਾ ਦੇ ਨਾਲ ਜਿਹੜੇ ਆਸੇ ਪਾਸੇ ਉਹ ਹੈ, ਅੰਮ੍ਰਿਤਸਰ ਦੇ ਵਿੱਚ ਜਲੰਧਰ ਲੈ ਲਿਆ ਨਾਲ ਲੈ ਲਿਆ, ਲੁਧਿਆਣੇ ਦੇ ਵਿੱਚ ਆਏ, ਚੰਡੀਗੜ੍ਹ ਤੋਂ ਵੀ ਬੱਚੇ ਆਏ, ਅੰਮ੍ਰਿਤਸਰ ਤੋਂ ਵੀ ਆਏ ਆ, ਅੰਮ੍ਰਿਤਸਰ ਦੇ ਵਿੱਚ ਵੀ ਬੱਚੇ ਉੱਥੋਂ ਗੁਰਦਾਸਪੁਰ ਤੋਂ ਬਟਾਲਾ ਤੋਂ ਕਾਫੀ ਬੱਚੇ ਆ। ਇਸ ਪ੍ਰਤੀਯੋਗਤਾ ਦੇ ਨਾਲ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ?
ਅਸੀਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੇ ਕਲਚਰ ਨਾਲ ਜੁੜੋ, ਵੈਸਟਰਨ ਨੂੰ ਅਸੀਂ ਇੰਨਾ ਹੈਵੀ ਹੁੰਦੇ ਹੀ ਹੈ ਕਿਉਂਕਿ ਅਸੀਂ ਆਪਣੀ ਭਾਸ਼ਾ ਤੋਂ ਪਾਸੇ ਹੁੰਦੇ ਜਾ ਰਹੇ ਹਾਂ, ਕਲਚਰ ਤੋਂ ਪਾਸੇ ਹੁੰਦੇ ਜਾ ਰਹੇ ਹਾਂ, ਕਿਉਂਕਿ ਅਸੀਂ ਜਦੋਂ ਬਾਹਰਲੇ ਦੇਸ਼ਾਂ ਜਾਂਦੇ ਹਾਂ ਲੋਕ ਸਾਡੀਆਂ ਡਰੈਸਾਂ ਪਾ ਪਾ ਕੇ ਸਾਡੇ ਨਾਲ ਨੱਚਦੇ ਆ, ਪਰ ਅਸੀਂ ਬੜਾ ਸ਼ਰਮ ਮਹਿਸੂਸ ਕਰਦੇ ਹਾਂ, ਅਸੀਂ ਜੀਨਾਂ ਪਾਈਆਂ ਹੁੰਦੀਆਂ ਉਹਨਾਂ ਨੇ ਸੂਟ ਸਲਵਾਰ ਪਾਏ। ਸੋ ਅੱਜ ਬੱਚੇ ਦੇਖੋ ਕਿ ਕਿੰਨੇ ਘੱਗਰੇ, ਕਿੰਨਾ ਕਲਚਰ ਨੂੰ ਪੇਸ਼ ਕਰ ਰਹੇ ਹਾਂ, ਲੋਕਾਂ ਸਾਹਮਣੇ ਇੱਕ ਮੈਸੇਜ ਆ ਰਿਹਾ ਕਿ ਸਾਡਾ ਕਲਚਰ ਬਹੁਤ ਰਿਚ ਹੈ, ਇਹਨੂੰ ਸਾਨੂੰ ਛੱਡਣਾ ਨਹੀਂ ਚਾਹੀਦਾ, ਸਗੋਂ ਇਹਨੂੰ ਵੱਧ ਤੋਂ ਵੱਧ ਮੈਸੇਜ ਦੇਣੇ ਚਾਹੀਦੇ ਕਿ ਅਸੀਂ ਆਪਦਾ ਚੰਗਾ ਖਾਣ ਪੀਣ ਛੱਡ ਕੇ ਮਾੜੀਆਂ ਸਾਡੇ ਨਾਲ ਜਾ ਰਹੇ ਹਾਂ, ਇਹਦੇ ਨਾਲ ਸਾਡੀ ਸਿਹਤ ਵੀ ਬਹੁਤ ਅਸਰ ਪੈ ਰਿਹਾ ਸਾਡੇ ਕਲਚਰ 'ਤੇ। ਅੱਜ ਬੱਚੇ ਦੇਖੋ ਘੱਗਰੇ, ਫੁਲਕਾਰੀਆਂ, ਆਪਦੀ ਜਿਹੜੇ ਆਸ਼ੀਰਵਾਦ ਕਰਕੇ ਜਿਹੜੀ ਉਹ ਸਮਝਣ ਲੱਗ ਗਿਆ, ਹੋਰ ਬੱਚੇ ਨੂੰ ਇਹਨਾਂ ਤੋਂ ਪ੍ਰੇਰਨਾ ਮਿਲੇਗੀ ਤਾਂ ਕਿ ਅਸੀਂ ਇਹ ਕਲਚਰ ਨੂੰ ਰੱਖ ਪਾ ਸਕੀਏ। ਕਿਹੜੇ ਸੌਂਗ ਦੀ ਤੁਸੀਂ ਪ੍ਰੈਪਰੇਸ਼ਨ ਕਰਕੇ ਆਓ ਜਾਂ ਤੁਸੀਂ ਕੈਰੀਅਰ ਸ਼ੁਰੂ ਕਰਦੇ ਹੋ? ਸੁਰਿੰਦਰ ਬਾਬੀ ਦਾ ਗਾਣਾ ਬਹੁਤ ਹੀ ਫੇਮਸ ਆ, ਅੱਗ ਪਾਣੀਆਂ 'ਚ ਖਾਣੀਆਂ ਮੈਂ ਲਾਈਦਾ। ਓਕੇ, ਕਿੱਥਾ ਕਿ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ? ਮੈਂ ਦਾਦੀ ਤੱਕ ਵੀ ਬਹੁਤ ਜ਼ਿਆਦਾ ਅੱਛਾ ਫੀਲ ਹੋ ਰਿਹਾ, ਮੇਰੀ ਨਾਈਟ ਵੀ ਚੱਲ ਰਹੀ ਸੀ ਬਟ ਮੇਰੇ ਅੱਖਾਂ 'ਚ ਤੁਹਾਨੂੰ ਨੀਂਦ ਨਹੀਂ ਦਿਖ ਰਹੀ ਹੁਣ, ਬਿਲਕੁਲ ਵੀ ਮੈਂ ਇੰਨੀ ਜ਼ਿਆਦਾ ਐਕਸਾਈਟਡ ਆ। ਤੁਸੀਂ ਅੱਜ ਕਿਸ ਸੌਂਗ ਦੇ ਉੱਪਰ ਪਰਫੋਰਮੈਂਸ ਦੇ ਰਹੇ ਹੋ? ਤੁਹਾਨੂੰ ਇਹ ਟ੍ਰੇਨਿੰਗ ਕਿੰਨਾ ਕੁ ਮਿਲੀ ਹੈ, ਕਿੰਨਾ ਕੁ ਤੁਸੀਂ ਸਿੱਖਦੇ ਹੋ ਇਸ ਚੀਜ਼ ਬਾਰੇ? ਓਕੇ, ਤੁਹਾਡੇ ਪਾਪਾ ਵੀ ਇਹ ਪਾਰਟੀ ਵਗੈਰਾ ਕਰਦੇ ਹੁੰਦੇ ਨੇ ਤੁਹਾਨੂੰ, ਨਹੀਂ? ਉਹਨਾਂ ਨੇ ਫਿਰ ਤੁਹਾਨੂੰ ਕਿਵੇਂ ਸਿਖਾਇਆ ਜੀ? ਤੁਹਾਡੇ ਪਾਪਾ ਸਕੂਲ ਟੀਚਰ ਨੇ? ਕਿਹੜੇ ਸਕੂਲ ਵਿੱਚ ਨੇ ਤੁਹਾਡੇ ਪਾਪਾ? ਕੀ ਸਬਜੈਕਟ ਤੋਂ ਟੀਚ ਕਰਦੇ ਨੇ? ਇੰਗਲਿਸ਼। ਓਕੇ, ਬਹੁਤ ਅੱਛੀ ਗੱਲ ਹੈ, ਇੰਗਲਿਸ਼ ਸਬਜੈਕਟ ਨਾ ਹੋ ਕੇ ਤੁਸੀਂ ਪੰਜਾਬੀ ਕਲਚਰ ਨਾਲ ਵੀ ਜੁੜੇ ਹੋ। ਸੱਭਿਆਚਾਰ ਦੇ ਨਾਲ ਹੀ ਅਸੀਂ ਜੁੜੇ ਹੋਏ ਹਾਂ ਅਤੇ ਜਿਹੜੇ ਇਹ ਪ੍ਰੋਗਰਾਮ ਹੋ ਰਹੇ ਆ ਇਹਨਾਂ ਨਾਲ ਹੀ ਅਸੀਂ ਸਾਨੂੰ ਆਪਦਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ, ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਇਸ ਤੋਂ ਪਹਿਲਾਂ ਵੀ ਕਦੇ ਤੁਸੀਂ ਕਿਤੇ ਟੈਲੈਂਟ ਹੰਟ ਦੀ ਪਾਰਟੀ ਕੀਤੀ? ਹਾਂਜੀ ਸਰ, ਇੱਕ ਔਨਲਾਈਨ ਕੰਪੀਟੀਸ਼ਨ ਹੋਇਆ ਸੀ ਲੋਕਡਾਊਨ ਵਿੱਚ ਸੀ ਪੰਜਾਬ ਦੇ ਵਿੱਚ, ਮੈਂ ਪਾਰਟੀਸਪੇਟ ਕੀਤਾ ਸੀ ਉਸ ਵਿੱਚ, ਮੈਂ ਟੌਪ 10 ਦੇ ਵਿੱਚ ਸੈਕਿੰਡ ਸੀ ਮੈਂ, ਅਤੇ ਉਸ ਤੋਂ ਬਾਅਦ ਜੱਜੀ ਮੁਟਿਆਰ ਮੁਕਾਬਲਾ ਹੋਇਆ ਸੀ ਉਸ ਦੇ ਵਿੱਚ ਵੀ ਮੈਂ ਪਾਰਟੀਸਪੇਟ ਕੀਤਾ। ਕਿਹੜੀ ਜਗ੍ਹਾ ਤੋਂ ਆਏ ਜੀ ਪਾਰਟੀਸਪੇਟ ਕਰਨ ਲਈ ਆਏ ਹੋਏ? ਕਿਹੋ ਜਿਹਾ ਫੀਲ ਹੋ ਰਿਹਾ? ਬਹੁਤ ਵਧੀਆ ਹੋ ਰਿਹਾ, ਤੁਸੀਂ ਵੈਸੇ ਤਾਂ ਦੇਖ ਹੀ ਰਹੇ ਹੋ ਕਿ ਸਾਰੇ ਬਹੁਤ ਖੁਸ਼ ਨੇ ਤੇ ਸਭ ਨੂੰ ਬਹੁਤ ਵਧੀਆ ਫੀਲ ਹੋ ਰਿਹਾ ਇੱਥੇ ਆ ਕੇ ਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲ ਰਿਹਾ, ਅਤੇ ਜੋ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਵੀ ਨੌਲੇਜ ਮਿਲਦੀ ਹੈ, ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਅਤੇ ਉਹਨਾਂ ਨੂੰ ਨੌਲੇਜ ਮਿਲਦੀ ਕਿ ਸਾਡੇ ਪੁਰਾਣੇ ਸੱਭਿਆਚਾਰ। ਵਰਲਡ ਏਸ਼ੀਆ ਟੀਵੀ ਤੋਂ ਕੈਮਰਾਮੈਨ ਜਸਪ੍ਰੀਤ ਦੇ ਨਾਲ ਗੁਰਮੀਤ ਸਿੰਘ ਦੀ ਰਿਪੋਰਟ।